राज्य भर में नवजन्मे बच्चे कुपोषित ना हो उसके लिए जहां सेहत विभाग प्रयासरत है, वहीं दूसरी तरफ बच्चों को शुरुआती शिक्षा देने वाले आंगनवाड़ी वर्करों की तरफ से इस तरफ ध्यान दिया गया है। इसी के चलते आज आंगनवाड़ी वर्करों की ओर से पौष्टिक माह मनाते हुए शहर भर में जागो निकाल लोगों को पौष्टिक आहार संबंधी संदेश दिया गया। ਜ਼ਿਲ੍ਹਾ ਸੁਰੱਖਿਆ ਵਿਭਾਗ ਪਠਾਨਕੋਟ ਵੱਲੋਂ ਰੈਲੀ ਕੱਢੀ ਗਈ ਆ। ਇਹਦੇ ਵਿੱਚ ਅਸੀਂ ਜਾਗੋ ਪੇਸ਼ ਕੀਤੀ ਆ। ਜਾਗੋ ਦਾ ਜ਼ਿਆਦਾਤਰ ਮੋਟਿਵ ਇਹ ਆ ਸਾਡਾ ਕਿ ਜਿਹੜੇ 0 ਤੋਂ 6 ਮਹੀਨੇ ਦੇ ਬੱਚੇ ਆ ਉਹਨਾਂ ਲਈ ਮਾਂ ਦੇ ਦੁੱਧ ਦੀ ਬੜੀ ਮਹੱਤਤਾ ਆ। ਮਾਂ ਜਿਹੜੀ ਆ 0 ਤੋਂ 6 ਮਹੀਨੇ ਦੇ ਬੱਚਿਆਂ ਨੂੰ ਆਪਣਾ ਦੁੱਧ ਜ਼ਰੂਰ ਪਿਲਾਵੇ ਤਾਂ ਜੋ ਬੱਚਾ ਤੰਦਰੁਸਤ ਪੈਦਾ ਹੋਵੇ, ਤੰਦਰੁਸਤ ਰਹੇ ਅਤੇ ਬਿਮਾਰੀਆਂ ਤੋਂ ਦੂਰ ਰਹੇ। ਤਾਂ ਗਰਭਵਤੀ ਔਰਤ ਆ ਜਿਹੜੀ ਉਹਨੂੰ ਟੀਕਾਕਰਨ ਦੀ ਸਲਾਹ ਦਿੱਤੀ ਗਈ ਆ ਤਾਂ ਜੋ ਉਹਨਾਂ ਨੂੰ ਕੋਈ ਵੀ ਬਿਮਾਰੀ ਨਾ ਬੱਚੇ ਨੂੰ ਲੱਗੇ ਅਤੇ ਬੱਚਾ ਤੰਦਰੁਸਤ ਪੈਦਾ ਹੋਵੇ। ਇਹ ਜਿਹੜੀ ਰੈਲੀ ਆ ਸਾਡੇ ਸਤੰਬਰ ਮਹੀਨਾ ਜਿਹੜਾ ਸਾਡਾ ਪੋਸ਼ਣ ਮਾਹ ਦਾ ਮਹੀਨਾ ਆ, ਇਸ ਮਹੀਨੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਪੋਸ਼ਣ ਆਹਾਰ ਖਾਣ ਬਾਰੇ ਅਤੇ ਸੰਤੁਲਿਤ ਭੋਜਨ ਬਾਰੇ। ਇਸ ਰੈਲੀ ਵਿੱਚ ਸਾਡੀਆਂ ਆਂਗਨਵਾੜੀ ਵਰਕਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਆ ਅਤੇ ਉਹਨਾਂ ਨੇ ਸਾਰੇ ਸ਼ਹਿਰ ਨੂੰ ਜਾਗਰੂਕ ਕੀਤਾ ਆ ਕਿ ਤੁਸੀਂ ਪੌਸ਼ਟਿਕ ਆਹਾਰ ਖਾਓ ਅਤੇ ਤੰਦਰੁਸਤ ਰਹੋ। ਹਾਂਜੀ, ਜਿਹੜੀ ਜਾਗੋ ਅੱਜ ਨਿਕਲ ਰਹੀ ਆ ਉਹ ਬੱਸ ਸਟੈਂਡ ਤੋਂ ਲੈ ਕੇ ਗਾਂਧੀ ਚੌਂਕ ਤੱਕ ਨਿਕਲ ਰਹੀ ਆ। ਇਹਦੇ ਵਿੱਚ ਅਸੀਂ ਲੋਕਾਂ ਨੂੰ ਇਹੀ ਪ੍ਰੇਰਿਤ ਕੀਤਾ ਹੈ ਕਿ ਉਹ ਸੰਤੁਲਿਤ ਭੋਜਨ ਖਾਣ ਅਤੇ ਤੰਦਰੁਸਤ ਰਹਿਣ।